ਵਿੱਚ ਅਤੇ ਜਿਹੜੇ ਤੰਗੜੇ ਕੱਪੜੇ ਪਾਉਣੇ ਨੇ ਉਹ 'ਚ ਬਹੁਤ ਫਰਕ ਹੁੰਦਾ। ਬਾਣਾ ਜਦੋਂ ਤੁਸੀਂ ਪਾਉਂਦੇ ਹੋ ਉਦੋਂ ਗੁਰੂ ਦਾ ਸਮਝ ਕੇ ਬਾਣਾ ਪੜੋ ਪਾਓ, ਗੁਰੂ ਦਾ ਸਮਝ ਕੇ ਬਾਣਾ ਪਾਓਗੇ। ਜੋ ਸਾਦਾ ਹੈ, ਬਿਲਕੁਲ ਸਾਦਾ, ਜੋ ਚਿਲਕ ਮੁਲਕ ਲੋਕਾਂ ਨਾਲ ਲੱਗੇ ਪਏ ਇਹਨੇ ਸ਼ੁਕੀਨੀ ਕੀਤੀ ਆ ਗੁਰੂ ਜੀ ਦਾ, ਉਹ ਜਿਹਾ ਬਾਣਾ ਸਾਦਾ ਪਾਓਗੇ ਤੁਹਾਡੇ ਮਨ ਦੇ ਵਿੱਚ ਅਸਰ ਹੋਏਗਾ। ਨਹੀਂ ਤਾਂ ਬਾਣਾ ਚੰਗਾ ਪਾਓਗੇ, ਛਿਲਕ ਮਿਲਕ ਪਾਓਗੇ ਅਤੇ ਰੇਸ਼ਮੀ ਫੜਾਓਗੇ ਅਤੇ ਤੁਹਾਡੇ ਮਨ ਅੰਦਰ ਹਉਮੈ ਆਏਗੀ, ਟੌਹਰ ਹੋਏਗੀ ਕਿ ਮੈਂ ਚੰਗਾ ਬਾਣਾ ਪਾਇਆ, ਦੂਸਰੇ ਮੇਰੀ ਤਾਰੀਫ ਕਰਦੇ, ਦੂਸਰੇ ਮੇਰੇ ਵੱਲ ਦੇਖ ਰਹੇ ਨੇ ਅਤੇ ਇਹਦੇ ਨਾਲ ਹਉਮੈ ਵੱਧਦੀ। ਤੁਸੀਂ ਪਰਮਾਤਮਾ ਦੇ ਨਹੀਂ ਲੈਣੀ ਜਾਂਦੇ, ਗੁਰੂ ਦੀ ਬਖਸ਼ਿਸ਼ ਨਹੀਂ ਲੈਂਦੇ। ਅਤੇ ਗੁਰੂ ਦੀ ਬਖਸ਼ਿਸ਼ ਲੈਣ ਵਾਲੇ ਇੱਕ ਬਹੁਤ ਵੱਡਾ ਪ੍ਰੋਵਰਬ ਆ ਅੰਗਰੇਜ਼ੀ ਦਾ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਸਾਦਾ ਰਹੋ ਔਰ ਧਿਆਨ ਤੁਹਾਡਾ ਉੱਚਾ ਹੋਵੇ। ਸਭ ਤੋਂ ਹਾਈ ਥਿੰਕਿੰਗ ਦਾ ਮਤਲਬ ਪਰਮਾਤਮਾ ਤੁਹਾਡਾ ਧਿਆਨ ਜੁੜੇ। ਅਤੇ ਇਹ ਬਾਣੇ ਦਾ ਅਸਰ ਮਨ ਦੇ ਉੱਤੇ ਬਹੁਤ ਹੁੰਦਾ। ਜੇ ਜੇ ਤਾਂ ਤੁਸੀਂ ਸਿਲਕਣ ਕੱਪੜੇ ਪਾਏ, ਚੰਗੇ ਸੋਹਣੇ ਕੱਪੜੇ ਪਾਓ ਤਾਂ ਤੁਹਾਡੇ ਮਨ ਹੁੰਦਾ ਵੀ ਮੈਂ ਦੂਸਰੇ ਚੰਗੇ ਦੇਖ ਕੇ ਮੈਨੂੰ ਕਹਿ ਰਹੇ ਨੇ ਕਿ ਬਹੁਤ ਅੱਛਾ ਆਦਮੀ ਹੈ, ਬਹੁਤ ਚੰਗਾ ਲੱਗਦਾ, ਬੜਾ ਤਾਰੀਫ ਵੀ ਕਰ ਦੂਸਰੇ, ਆਹ ਸਾਡੇ 'ਚ ਹਉਮੈ ਹੋਰ ਵੱਧਦੀ ਹੈ। ਅਤੇ ਜਦੋਂ ਅਸੀਂ ਸਾਦਾ ਰਹਾਂਗੇ, ਕੋਈ ਸਾਨੂੰ ਮਾੜਾ ਵੀ ਕਹੇਗਾ ਤਾਂ ਮੈਂ ਗੁਰੂ ਨਾਲ, ਗੁਰੂ ਦਾ ਧਿਆਨ ਹੈ ਨਾ, ਤਾਂ ਅਸੀਂ ਮਨ ਦੇ ਵਿੱਚ ਤਾਂ ਇੰਨਾ ਲਿਆਂਦਾ ਵੀ ਸ਼ੁਕੀਨੀ ਕੋਈ ਸ਼ੁਕੀਨੀ ਜਿਹੜੀ ਆ ਅੰਦਰ ਜਿਹੜੀ, ਇਹ ਪਰਮਾਤਮਾ ਤੋਂ ਦੂਰ ਲਿਜਾਂਦੀ ਹੈ ਜਿਹੜੀ ਹੈ ਤੁਹਾਡੀ ਕਰਨੀ ਇਹੋ ਜਿਹੀ। ਉਹ ਕਹਿੰਦਾ ਭਾਵ ਆ ਵੀ ਇਹ ਚੀਜ਼ਾਂ ਜਿਹੜੀਆਂ ਸ਼ੋ ਆਫ ਕਰਨ ਵਾਲੀਆਂ ਨੇ, ਚੰਗੇ ਕੱਪੜੇ ਚੰਗੇ ਦੁੱਧਾ ਕਰਨਾ, ਇਹ ਇੱਕ ਕਿਸਮ ਦੇ ਆਲ ਦਿਸ ਦੇ ਆਰ ਨੈਗੇਟਿਵਲੀ ਕੋਰਿਲੇਟਡ ਸਪਿਰਚੁਅਲਿਟੀ। ਇਹ ਜਿਹੜਾ ਪਾਉਂਦਾ ਆ ਉਹ ਉਹਦੇ ਵੱਲ ਧਿਆਨ ਹੀ ਹੋਇਆ, ਆਪਣੇ ਕੱਪੜਿਆਂ ਕੁੱਪੜਿਆਂ 'ਚ ਸਾਰਿਆਂ 'ਚ ਧਿਆਨ ਆ, ਅਤੇ ਅਜੇ ਗੁਰੂ ਨਾਲ ਪ੍ਰੇਮ ਨਹੀਂ ਉਹਦਾ ਜੁੜਿਆ, ਅਜੇ ਕੱਪੜਿਆਂ ਵਿੱਚ ਹੀ ਪ੍ਰੇਮ, ਅਜੇ ਸ਼ੁਕੀਨੀ ਦੇ ਵਿੱਚ ਹੀ ਪ੍ਰੇਮ ਆ, ਦੁਨੀਆ ਦਿਖਾ ਰਿਹਾ ਮੈਂ ਠੀਕ ਆ, ਅਜੇ ਉਹਦਾ ਗੁਰੂ ਨਾਲ ਪ੍ਰੇਮ ਨਹੀਂ। ਅਜੇ ਗੁਰੂ ਨਾਲ ਪ੍ਰੇਮ ਹੋਵੇਗਾ ਤਾਂ ਹੀ ਹੋਏ, ਜੇ ਕੱਪੜੇ ਵੱਲੋਂ ਧਿਆਨ ਹਟਾ ਦੇ, ਸਾਦਾ ਰਹੇ। ਇੱਕ ਬੜਾ ਪ੍ਰਵਰ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਸਾਦਾ ਰਹਿਣਾ ਔਰ ਅਸਲੀ ਤੌਰ ਧਿਆਨ ਕਿ ਮੈਂ ਇਹ ਪਰਮਾਤਮਾ ਜੁੜਾ, ਹਾਈ ਥਿੰਕਿੰਗ ਪਰਮਾਤਮਾ ਜੁੜਨਾ। ਇਸ ਕਰਕੇ ਜਿਹੜਾ ਕੱਪੜਿਆਂ ਦਾ ਮਨ 'ਤੇ ਬਹੁਤ ਅਸਰ ਪੈਂਦਾ। ਸਾਦਾ ਰਹੋ, ਪਹਿਲੇ ਜਿਸ ਨੇ ਸਟੂਡੈਂਟ ਆਫ ਸਪਿਰਚੁਅਲਿਟੀ ਆ, ਜੇ ਅਧਿਆਤਮਿਕ ਮਾਰਗ 'ਤੇ ਚੱਲ ਰਿਹਾ, ਉਸ ਵੇਲੇ ਉਹਨੂੰ ਸਿੰਪਲ ਰਹਿਣਾ, ਉਹ ਤਾਂ ਬਿਲਕੁਲ ਸਾਦਾ, ਬਿਲਕੁਲ ਸਾਦਾ, ਚਮਕੇਲੇ ਪੱਕੇ ਕੱਪੜੇ ਪਾਉਣੇ, ਦੂਸਰੇ ਨਹੀਂ ਪਾਉਣੇ, ਸਾਦਾ ਪਾਉਣੇ, ਕਿ ਤਾਂ ਦੂਸਰਾ ਆਦਮੀ ਕੋਈ ਤਾਰੀਫ ਨਾ ਕਰੇ ਕਿ ਚੰਗੇ ਕੱਪੜੇ ਪਾਏ, ਦੂਜੇ ਸਾਫ ਪਾਓ, ਆਪਣਾ ਧੋ ਧਾ ਕੇ ਚੰਗੇ ਪਾਓ। ਜਿੰਨਾ ਪਹਿਲੇ ਸਾਦਾ ਰਹੋਗੇ ਤਾਂ ਤੁਹਾਡਾ ਮਨ ਗੁਰੂ ਨਾਲ ਜੁੜਿਆ ਰਹੇਗਾ। ਜਦੋਂ ਗੁਰੂ ਨਾਲ ਜੁੜ ਜਾਏ ਮਨ ਔਰ ਤੁਹਾਡੇ ਅੰਦਰ ਪਰਮਾਤਮਾ ਦਾ ਸਾਰੇ ਪ੍ਰਵਾਹ 'ਚ ਲੀਨ ਹੋ ਜਾਓ, ਅਤੇ ਫਿਰ ਤੂੰ ਜੋ ਵੀ ਮਾਰੇ ਜਿਹੇ ਕੱਪੜੇ ਪਾਓ ਤੁਹਾਡੇ 'ਤੇ ਅਸਰ ਨਹੀਂ ਹੁੰਦਾ। ਕਈ ਐਸੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿੰਨੇ ਸੋਹਣੇ ਜਲਾਲ ਨਾਲ ਕੱਪੜੇ ਪਾਏ ਸੀ। ਅਸੀਂ ਉੱਧਰ ਨਾ ਦੇਖੇ ਗੁਰੂ ਸਾਹਿਬ ਵੱਲ ਦੇਖੀਏ, ਗੁਰੂ ਸਾਹਿਬ ਵੱਲ ਦੇਖੀਏ, ਚਾਰ ਯੁੱਗ ਦੇ ਬ੍ਰਹਮ ਗਿਆਨੀ ਸਨ। ਉਹ ਕਹਿੰਦਾ ਭਾਵ ਹੈ ਕੱਪੜਿਆਂ ਦਾ, ਸ਼ੁਕੀਨੀ ਦਾ, ਇਹ ਚੀਜ਼ਾਂ ਦਾ ਬੜਾ ਅਸਰ ਆ ਅਧਿਆਤਮ ਦੇ ਨਾਲ। ਸਿੰਪਲ ਲਿਵਿੰਗ ਐਂਡ ਹਾਈ ਥਿੰਕ ਬਹੁਤ ਵੱਡੀ ਥਿਊਰੀ ਆ, ਜਿਹੜੀ ਕਿ ਸੋਚਦਾ ਰਹਿਣਾ ਔਰ ਉੱਚੀ ਸੋਚ ਕਰਨਾ, ਪਰਮਾਤਮਾ ਨੂੰ ਜੋੜਨਾ। ਇਸ ਕਰਕੇ ਕੱਪੜਿਆਂ ਦਾ ਪਹਿਲੇ ਸਿੰਪਲ ਸਾਦਾ ਪਾਓ ਕੱਪੜੇ, ਆਪਣਾ ਸਾਦਾ ਕੱਪੜੇ ਪਾ ਕੇ ਪਰਮਾਤਮਾ ਨਾਂ ਲਾਓ,
ਪਰਮਾਤਮਾ ਦਾ ਨਾਮ ਲੈਂਦੇ ਰਹਿੰਦੇ ਗਾਂਹ ਜਦੋਂ ਤੁਹਾਡੀ ਅਵਸਥਾ ਜੇ ਉੱਥੇ ਹੋ ਜਾਂਦੀ ਆ, ਕੋਈ ਮਹਾਂਪੁਰਸ਼ ਬਣ ਜਾਂਦਾ ਜਿਹਦੇ ਗੁਰੂ ਨਾਲ ਜੁੜ ਜਾਂਦਾ, ਤਾਂ ਉਹਨੂੰ ਕੋਈ ਵੀ ਪਹਿਨਾ ਦੇ, ਕੋਈ ਭਾਵੇਂ ਰੇਸ਼ਮੀ ਕੱਪੜੇ ਪਾ ਦੇ, ਕੋਈ ਖੱਦਰ ਪਾ ਦੇ, ਉਹਦੇ 'ਚ ਮਨ 'ਤੇ ਅਸਰ ਨਹੀਂ ਹੁੰਦਾ, ਕਿਉਂਕਿ ਮਨ 'ਤੇ ਉਹਦਾ ਪਰਮਾਤਮਾ ਜੁੜਿਆ ਆ, ਮਨ ਕੱਪੜਿਆਂ 'ਚ ਨਹੀਂ ਜੁੜਿਆ ਹੁੰਦਾ। ਇਹ ਅਵਸਥਾ ਲਿਆਉਣੀ ਆ ਕਿ ਮਨ ਕੱਪੜਿਆਂ 'ਚ ਨਾ ਜੁੜਿਆ ਹੋਏ, ਮਨ ਪਰਮਾਤਮਾ ਜੁੜਿਆ, ਫਿਰ ਤੁਸੀਂ ਜੋ ਮਰਜ਼ੀ ਪਾਓ ਫਿਰ ਤੁਹਾਡਾ ਅਸਰ ਕੋਈ ਨਹੀਂ। ਤਾਂ ਹੀ ਹੋਏਗਾ, ਪਹਿਲੇ ਮਨ ਨੂੰ ਪਕਾਓ, ਮਨ ਨੂੰ ਪਰਮਾਤਮਾ ਜੋੜੋ, ਫਿਰ ਤੁਸੀਂ ਫਿਰ ਤੁਹਾਨੂੰ ਕੋਈ ਐਸੀ ਗੱਲ ਨਹੀਂ ਹੈ। ਪਰ ਫਿਰ ਵੀ ਤੁਸੀਂ ਮਹਾਂਪੁਰਸ਼ ਕੀ ਕਰਦੇ ਨੇ, ਫਿਰ ਵੀ ਸਾਦਾ ਰਹਿੰਦੇ ਨੇ, ਉਹਨਾਂ 'ਤੇ ਅਸਰ ਨਹੀਂ ਹੁੰਦਾ ਚੰਗੇ ਕੱਪੜੇ ਪਾਉਣ ਦਾ, ਕਿਉਂਕਿ ਮਨ 'ਤੇ ਉਹਦਾ ਗੁਰੂ 'ਚ ਜ਼ੋਰ ਜੁੜ ਗਿਆ। ਮਗਰ ਸਾਦਾ ਕੱਪੜੇ ਕਿਉਂ ਪਾਉਂਦੇ ਨੇ? ਉਹ ਕਹਿੰਦੇ ਨੇ ਸਾਡੇ ਜਿਹੜੇ ਪ੍ਰੇਮੀ ਆਦਮੀ ਨੇ, ਸਾਡੇ ਸ਼ਰਧਾਲੂ ਨੇ, ਜਾਂ ਜਿਹੜੇ ਫਾਲੋਅਰ ਨੇ, ਜਾਂ ਜਿਹੜੇ ਉਹ ਸਾਡੇ ਵੱਲ ਦੇਖ ਕੇ ਨਾ ਉਹੋ ਜਿਹੇ ਪਾਉਣ ਲੱਗ ਪਏ, ਇਸ ਕਰਕੇ ਉਹ ਸਾਦਾ ਰਹਿੰਦੇ ਨੇ। ਜੇ ਤੁਸੀਂ ਚੰਗੇ ਕੱਪੜੇ ਉਹ ਪਾ ਗਿਆ, ਤੁਹਾਡਾ ਜਿਹੜੇ ਫਾਲੋਅਰ ਨੇ, ਜਿਹੜੇ ਸੇਵਾਦਾਰ ਨੇ ਜਾਂ ਹੋਰ ਸੇਸ਼ ਨੇ, ਉਹ ਵੀ ਉਹੋ ਜਿਹੇ ਕੱਪੜੇ ਪਾਉਣ ਲੱਗ ਪਏ। ਇਸ ਕਰਕੇ ਇਹ ਬੜੀ ਬੜੀ ਦੂਰ ਦੀ ਅੰਦੇਸ਼ੀ ਆ, ਡੀਪ ਥਿਊਰੀ ਆ, ਕਿ ਕਿਸ ਤਰ੍ਹਾਂ ਤੁਸੀਂ ਸਿੰਪਲ ਲਿਵਿੰਗ ਹਾਈ ਥਿੰਕਿੰਗ ਵਾਲੀ ਜਿਹੜੀ ਹੈ ਨਾ, ਬੜੀ ਇੰਪੋਰਟੈਂਟ, ਸਾਦਾ ਰਹਿਣਾ, ਪਰਮਾਤਮਾ ਤਾਂ ਹੀ ਇਨਾਮ ਜੁੜਦੇ। ਮਹਾਰਾਜ ਕਹਿੰਦੇ ਨੇ ਪਹਿਰਾਵੇ ਵਾਸਤੇ ਅੰਦਰ ਤੁਹਾਡਾ ਮੈਲ ਸਾਫ਼ ਹੋਣਾ ਚਾਹੀਦਾ, ਅੰਦਰ ਪਰਮਾਤਮਾ ਜੁੜਦਾ। ਜਿਹਨਾਂ ਦਾ ਅੰਦਰ ਸਾਫ਼ ਆ, ਅੰਦਰ ਰੇਸ਼ਮੀ ਆਪਣਾ ਥਾਟਸ ਆ ਗਏ ਨੇ, ਅੰਦਰ ਕੱਪੜੇ ਹਿਰਦੇ 'ਚ ਪੈ ਗਏ ਨੇ, ਅਤੇ ਬਾਹਰੋਂ ਅਗਰ ਗੁੱਦੜੀ ਪਾਏ ਹੋਏ ਨਾ, ਤਾਂ ਲੋਕ ਫਿਰ ਵੀ ਉਹਨੂੰ ਨਮਸਕਾਰ ਕਰਨਗੇ, ਕਿਉਂਕਿ ਵਿਲ ਪਾਵਰ ਹੈ ਉਹਨਾਂ ਦਾ ਅੰਦਰ, ਉਹ ਪਰਮਾਤਮਾ ਦਾ ਨਾਮ ਉਹਨਾਂ ਦੇ ਦੂਸਰੇ 'ਤੇ ਤਰੰਗਾਂ ਜਾਂਦੀਆਂ ਨੇ, ਦੂਸਰੇ ਹਿਰਦੇ ਜਾਂਦੀਆਂ ਨੇ, ਉਹ ਹਿਰਦੇ ਤਰੰਗਾਂ ਜਾਂਦੀਆਂ ਨੇ, ਉਹ ਅੱਗੋਂ ਚੁੱਕਦਾ ਹੈ। ਅਤੇ ਕੱਪੜਿਆਂ ਨਾਲ ਕੋਈ ਇਹੋ ਜਿਹਾ ਜਿੰਨਾ ਇੱਕ ਪਰਪਰ ਵੈਲ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਸਾਦਾ ਰਹਿਣਾ ਔਰ ਚੰਗਾ ਉੱਚਾ ਸੋਚਣਾ। ਇੱਕ ਛੋਟੀ ਜਿਹੀ ਮਿਸਾਲ ਆ, ਅਤੇ ਮੈਨੂੰ ਸੰਤਾਂ ਨੇ, ਮੈਂ ਜਦੋਂ MSc ਕਰਨ ਤੱਕ, BSc ਤੱਕ ਤਾਂ ਮੈਂ ਜ਼ਿਆਦਾ ਪਾਉਂਦਾ ਰਿਹਾ ਪੈਂਟਾਂ ਕੋਟਾਂ, ਜਦੋਂ ਸੰਤਾਂ ਦੇ ਨਾਲ ਜੁੜਿਆ ਤਾਂ ਸੰਤਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਪੈਂਟ ਕੋਟ ਨਹੀਂ ਪਾਉਣੀ, ਚੂੜੀਦਾਰ ਪਜਾਮਾ ਪਾਉਣਾ, ਅਚਕਰ ਪਾਉਣੇ, ਸਫੈਦ ਪਗੜੀ ਬੰਨਣੀ, ਇੱਕ ਦਾੜੀ ਖੁੱਲ੍ਹੀ ਰੱਖਣੀ। ਮੈਂ ਉਹ ਕਰਦਾ ਰਿਹਾ, ਲੋਕ ਬੜੇ ਬਥੇਰੇ ਮੈਨੂੰ ਕਮੈਂਟ ਕਰਦੇ ਸੀ, ਮੈਂ MSc ਵੀ ਕੀਤੀ, ਫਿਰ ਮੈਂ ਨੌਕਰੀ 'ਚ ਵੀ ਲੱਗ ਗਿਆ, ਇੰਸਪੈਕਟਰ ਵੀ ਲੱਗ ਗਿਆ, ਸਾਰਾ ਉਹੀ ਮੈਂ ਪਹਿਰਾਵਾ ਰੱਖਿਆ, ਲੋਕਾਂ ਦਾ ਪਰਵਾਹ ਨਹੀਂ ਕੀਤੀ। ਮੈਂ ਕਿਹਾ ਮੈਂ ਸੰਤਾਂ ਦਾ ਵਚਨ ਕਮਾਉਣਾ, ਅਸੀਂ ਕੋਈ ਸੰਤਾਂ ਦੀ ਲੈਣੀ ਹੈ, ਲੋਕਾਂ ਦੀ ਥੋੜ੍ਹੀ ਲੈਣੀ ਹੈ, ਲੋਕ ਪਰ ਕੋਈ ਬੁਰਾ ਕਹੋ ਪਰ ਭਲਾ ਕਰੋ, ਹਮ ਤਨ ਦੀ ਹੋਏ ਡਾਰ, ਹੈਂ ਉਹ ਕਹਿੰਦਾ ਪਾਵੇ, ਮੈਂ ਉਹ ਮੈਂ ਆਪਣਾ ਪ੍ਰਿੰਸੀਪਲ ਪੂਰਾ ਰੱਖਿਆ। ਕਰਦੇ ਕਰਦੇ ਮੈਂ ਚੜ੍ਹਦਾ, ਫਿਰ ਮੈਂ ਹਿਮਾਚਲ ਚਲ ਗਿਆ, ਪੰਜਾਬ ਛੱਡ ਕੇ ਦੂਸਰੀ ਸਿਰਾ ਚਲ ਗਿਆ, ਉੱਥੇ ਵੀ ਇਹੋ ਹੀ ਮੈਂ ਰੱਖਿਆ। ਕਰਦੇ ਕਰਦੇ ਇਹ ਪਹਿਰਾਵਾ, ਮੈਂ ਜਦੋਂ ਡਾਇਰੈਕਟਰ ਆਫ ਐਗਰੀਕਲਚਰ ਸੀ, ਉਦੋਂ ਵੀ ਮੈਂ ਚੂੜੀਦਾਰ ਪਜਾਮਾ ਅਚਕਰ ਪਾ ਕੇ ਅਤੇ ਸਫੈਦ ਪਗੜੀ ਬੰਨ ਕੇ ਜਾਂਦਾ ਹੁੰਦਾ ਸੀ, ਸਾਰੇ ਮੈਨੂੰ ਗਿਆਨੀ ਜੀ ਕਹਿੰਦੇ ਨੇ। ਇੱਕ ਵਾਰੀ ਸਰਕਟ ਹਾਊਸ ਹੁੰਦਾ ਸੀ, ਉਹਦੇ ਵਿੱਚ ਪ੍ਰੈਜੀਡੈਂਟ ਆਫ ਇੰਡੀਆ ਆਇਆ, ਉਹਦੇ ਸਾਰੇ ਮਿਨਿਸਟਰ ਸੀ, ਸੈਕਟਰੀ ਸੀ, ਹੋਰ ਸਾਰੇ ਪਹਿਲੇ ਸੀ, ਅਤੇ ਉਹਨਾਂ ਨੇ ਟਾਈਆਂ ਟੁਈਆਂ ਪਾਈਆਂ ਹੋਈਆਂ, ਸੂਟ ਸੂਟ ਪਾਏ ਹੋਏ ਬੜੇ, ਅਤੇ ਮੈਂ ਸਭ ਤੋਂ ਅਖੀਰ 'ਤੇ ਸੀ, ਮੈਂ ਇੱਕੋ ਸੀ ਜਿਹਨੇ ਚੂੜੀਦਾਰ ਪਜਾਮਾ ਅਤੇ ਸਫੈਦ ਪਗੜੀ ਅਤੇ ਅਚਕਰ ਪਾਈ ਹੋਈ ਸੀ। ਪ੍ਰੈਜੀਡੈਂਟ ਆਫ ਇੰਡੀਆ ਨੇ ਆਉਂਦੇ ਆ ਕਿਸੇ ਮਿਨਿਸਟਰ ਨਾਲ ਹੱਥ ਨਹੀਂ ਮਿਲਾਇਆ, ਕਿਸੇ ਚੀਫ ਸੈਕਟਰੀ ਨਾਲ ਹੱਥ ਨਹੀਂ ਮਿਲਾਇਆ, ਸਿੱਧਾ ਮੇਰੇ ਕੋਲ ਆਇਆ ਅਤੇ ਮੇਰੇ ਨਾਲ ਪਹਿਲੇ ਹੱਥ ਮਿਲਾਇਆ। ਹੁਣ ਸਮਝਿਆ ਵੀ ਇਹ ਤਾਂ ਬੜਾ ਅੱਛਾ ਨੇਕ ਆਦਮੀ, ਕੋਈ ਵੱਡਾ ਅੱਛਾ ਆਦਮੀ, ਇਹਦੀ ਵਿਲ ਪਾਵਰ ਬੜੀ ਸਟਰੋਂਗ ਆ, ਸਿੰਪਲ ਲਿਵਿੰਗ ਆਈ ਥਿੰਕ
ਮੇਰੇ ਨਾਲ ਜਦੋਂ ਹੱਥ ਮਿਲਾਇਆ ਤਾਂ ਫਿਰ ਮੈਨੂੰ ਮਨਿਸਟਰ ਨੇ ਇੰਟਰੋਡਿਊਸ ਕਰ ਦਿਆ, ਸਾਡਾ ਡਾਇਰੈਕਟਰ ਆਫ ਐਗਰੀਕਲਚਰ ਗੁਰਫੋ, ਇਹ ਹੈ ਪਰਾਵੇ ਦੀ ਇੱਜ਼ਤ। ਮੈਂ ਜੋ ਗਿਆ ਵੈਸਟਰਨ ਕੰਟਰੀ 'ਚ, ਜਰਮਨ, ਫਰਾਂਸ ਵਗੈਰਾ 'ਚ, ਇਹ ਸੈਕਟਰੀ ਸੁਕਟਰੀ ਜਿਹੜੇ ਸੀ ਨਾ, ਇੰਡੀਆ ਦੇ ਸੈਕਟਰੀ ਵੀ ਸਨ, ਮੈਂ ਹਿਮਾਚਲ 'ਚੋਂ ਮੈਂ ਇਕੱਲਾ ਗਿਆ ਸੀ, ਅਤੇ ਮੈਂ ਉਦੋਂ ਮੈਨੂੰ ਮੇਰਾ ਮਿਨਿਸਟਰ ਕਹਿੰਦਾ ਵੀ ਯਾਰ ਹੁਣ ਤਾਂ ਤੂੰ ਤਾਈ ਲਾ ਲੈ, ਪੈਂਟ ਕੋਟ ਪਾ ਲੈ, ਮੈਂ ਮੈਨੂੰ ਨਾ ਭੇਜੋ, ਮੈਂ ਜਾਵਾਂਗਾ ਤਾਂ ਇਸ ਡਰੈਸ ਜਾਵਾਂਗਾ, ਸਫੈਦ ਪਗੜੀ, ਖੁੱਲ੍ਹੀ ਦਾੜੀ ਔਰ ਅਚਕਨ, ਅਤੇ ਚੂੜੀਦਾਰ ਪਜਾਮਾ, ਬਾਕੀਆਂ ਨੇ ਟਾਈਆਂ ਟੂਈਆਂ ਲਾਈਆਂ ਹੁੰਦੀਆਂ ਸੀ। ਜਦੋਂ ਅਸੀਂ ਉੱਥੇ ਜਾਂਦੇ, ਕੋਈ ਟੀਮ ਆਉਂਦੀ ਆ ਵਿਜ਼ਿਟ ਕਰਦੇ ਹੁੰਦੇ, ਆਉਂਦੀ ਕੋਈ ਫਰਾਂਸ ਦੀ ਟੀਮ ਆਈ, ਉਹਦੇ ਕੁੜੀਆਂ ਮੁੰਡੇ ਹੁੰਦੇ ਸੀ, ਤਾਂ ਉਹਨਾਂ ਵਾਲੇ ਕਹਿੰਦੇ ਮੈਨੂੰ ਕਹਿੰਦੇ ਕਹਿਣਾ ਹੀ ਫੋਟੋ ਵਿਦ ਯੂ, ਮੇਰੇ ਨਾਲ ਫੋਟੋ ਖਿਚਾਉਣ ਲੱਗ ਪੈਂਦੇ ਸੀ। ਉਹ ਜਪਾਨ ਦੀ ਟੀਮ ਆਈ, ਉਹ ਵੀ ਮੇਰੇ ਵੱਲ ਦੇਖ ਕੇ ਮੇਰੇ ਨਾਲ ਕਹਿਣ, ਉਹ ਸਾਰੇ ਸੈਕਟਰੀ ਕਹਿੰਦਾ ਯਾਰ ਸਾਡਾ ਤਾਂ ਕੋਈ ਫੋਟੋ ਨਹੀਂ ਖਿਚਾਉਂਦਾ। ਇਹ ਹੁੰਦਾ ਡਰੈਸ ਦਾ, ਉਹ ਸਮਝਦੇ ਸੀ ਵੀ ਇਹ ਕੋਈ ਫਿਲਾਸਫਰ ਹੈ, ਚੰਗਾ ਆਦਮੀ ਆ, ਜਿਸ ਨੇ ਸਾਡੀ ਸੱਭਿਅਤਾ ਤੋਂ ਵਿੱਚ ਨਹੀਂ ਗਿਰਿਆ, ਆਪਣੀ ਅਸਲੀ ਰੱਖੀ। ਗੁਰਮੁਖੋ ਫਿਰ ਮੈਂ ਉਹ ਹੀ ਡਰੈਸ ਪਾ ਕੇ ਜੋ ਪਾਰਕਾਂ 'ਚ ਬੰਦਾ ਸੀ, ਅਤੇ ਜਰਮਨ ਗੋਰੀਆਂ ਮੇਰੇ ਕੋਲ ਅੱਗੇ ਬਹਿ ਜਾਂਦੀਆਂ ਸੀ ਆਪਣਾ ਪਸੰਦੀਆਂ, ਅਤੇ ਉਹ ਮੈਨੂੰ ਕਹਿੰਦਾ ਸੀ ਇਹਨਾਂ ਲਫ਼ਜ਼, ਯੂ ਲੁੱਕ ਲਾਈਕ ਕ੍ਰਾਈਸਟ, ਵੀ ਲਵ ਯੂ। ਕਿੰਨੀ ਵੱਡੀ ਗੱਲ ਹੈ, ਮੇਰੇ ਡਰੈਸ ਨੂੰ ਦੇਖ ਕੇ ਕਹਿੰਦੇ ਵੀ ਤੂੰ ਕ੍ਰਾਈਸਟ ਵਾਂਗੂ ਲੱਗਣਾ, ਤੈਨੂੰ ਅਸੀਂ ਪ੍ਰੇਮ ਕਰਦੇ ਹਾਂ। ਗੁਰਮੁਖੋ ਡਰੈਸ ਦਾ ਬੜਾ ਫਰਕ ਪੈਂਦਾ, ਡਰੈਸ ਨਾਲ ਆਦਮੀ ਦਾ ਪਤਾ ਲੱਗ ਜਾਂਦਾ ਕਿੱਥੇ ਖੜਾ ਆ, ਕਿਸ ਤਰ੍ਹਾਂ ਦੀ ਇਹਦੀ ਹੈ ਚੰਗ ਢਾਲ ਟਾਂਕੀ ਆ, ਅਤੇ ਇਹ ਇਸ ਕਰਕੇ ਡਰੈਸ ਜਿਹਾ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਥੋੜ੍ਹੀ ਬਹੁਤ ਇੰਪੋਰਟੈਂਟ ਪ੍ਰੋਬਲਮ, ਸਾਦਾ ਰਹੋ ਔਰ ਪਰਮਾਤਮਾ ਜੋੜੋ। ਬਾਕੀ ਪ੍ਰੇਮੀਓ ਮੈਂ ਤੁਹਾਨੂੰ ਦੱਸਾਂ, ਜਦੋਂ ਸੰਤਾਂ ਨੇ ਮੈਨੂੰ ਕਿਹਾ ਸੀ ਨਾ ਇਹ ਤੂੰ ਚੂੜੀਦਾਰ ਪਜਾਮਾ ਅਤੇ ਅਚਕਨ ਪਾਉਣੇ, ਸਫੈਦ ਪਗੜੀ ਜਿੰਨੀਆਂ ਮੇਰੀਆਂ ਪੈਂਟਾਂ ਕੋਟ ਵਗੈਰਾ ਹੁੰਦਾ ਸੀ, ਮੈਂ ਸਾਰਿਆਂ ਨੂੰ ਅੱਗ ਲਾ ਦਿੱਤਾ। ਸਾਰੇ ਮੈਨੂੰ ਕਹਿਣ ਲੱਗਾ ਯਾਰ ਇਹਨਾਂ ਨੂੰ ਵੇਚ ਦੇ ਕੁਝ, ਮੈਂ ਕਿਹਾ ਕਿਉਂ ਵੇਚਾ, ਸੰਤ ਕਹਿੰਦੇ ਨਹੀਂ ਪਾਉਣਾ ਤਾਂ ਮੈਂ ਦੂਸਰਿਆਂ ਨੂੰ ਕਿਉਂ ਪਾਵਾਂ, ਮੈਂ ਸੰਤਾਂ ਦਾ ਬਚਨ ਮੰਨ ਕੇ ਉਹਨੂੰ ਅੱਗ ਹੀ ਲਾ ਦਿੱਤੀ, ਅਤੇ ਮੈਂ ਚੂੜੀਦਾਰ ਪਜਾਮਾ ਅਤੇ ਅਚਕਨ ਅਤੇ ਸਫੈਦ ਪਗੜੀ ਪਾਉਂਦਾ, ਇੰਸਪੈਕਟਰ ਤੋਂ ਲੈ ਕੇ ਮੈਂ ਡਾਕਟਰ ਆਫ ਐਗਰੀਕਲਚਰ 'ਚ ਬਣ ਗਿਆ, ਨਾ ਮੈਂ ਬਾਹਰ ਅਮਰੀਕਾ ਗਿਆ ਨਾ ਕਿਤੇ ਗਿਆ, ਜਿਹੜੇ ਅਮਰੀਕਾ ਤੋਂ ਕਰਕੇ ਪੀ ਐੱਚ ਡੀ ਆਏ ਜਿਹੜੇ ਮੇਰੇ ਬਾਸ ਹੁੰਦੇ ਉਹ ਮੇਰੇ ਸਬਾਰਡੀਨੇਟ ਬਣ ਗਏ, ਪਹਿਰਾਵੇ ਦਾ ਇੰਨਾ ਅਸਰ ਹੁੰਦਾ। ਦੂਸਰੇ ਇਹ ਆ ਕਿ ਜਦੋਂ ਕਾਲਜ ਹੁੰਦਾ ਸੀ ਨਾ ਤਾਂ ਕਾਲਰਾਂ ਵਾਲੀ ਦਾ ਕਮੀਜ਼ ਪਾਉਂਦਾ ਹੁੰਦਾ ਸੀ, ਕਾਲਰਾਂ ਵਾਲੀ ਕਮੀਜ਼, ਅਤੇ ਸੰਜੀ ਮਹਾਰਾਜ ਕੋਲ ਇੱਕ ਸੇਵਾਦਾਰ ਗਿਆਨੀ ਨੇ ਭੇਜਿਆ ਸੀ ਉਹਨਾਂ ਦੀ ਸੇਵਾ ਕਰਨ ਵਾਸਤੇ, ਅਤੇ ਉਹ ਕਾਲਰ ਵਾਲੀ ਕਮੀਜ਼ ਪਾਈ ਹੋਈ ਸੀ। ਉਹ ਸੰਤ ਬਾਬਾ ਜਿਹੜਾ ਹਾਰਵਰਡ ਯੂਨੀਵਰਸਿਟੀ ਪੜ੍ਹਿਆ ਹੋਏ, ਉਹ ਕੈਨੇਡਾ ਨੂੰ ਆਜ਼ਾਦੀ ਦਿੱਤੀ ਹੋਏ ਜਿਸ ਨੇ ਜਾ ਕੇ ਫਾਈਟ ਕਰਕੇ ਕੇਸ, ਕੈਂਬਰੇਜ ਯੂਨੀਵਰਸਿਟੀ ਪਗੜੀ ਇੰਟਰੋਡਿਊਸ ਕੀਤੀ ਹੋਏ, ਬਾਹਰ ਦੇ ਮੁਲਕਾਂ 'ਚ ਇੰਨਾ ਕੰਮ ਕੀਤਾ ਹੋਏ, ਉਹ ਬਾਬਾ ਜਿਹੜਾ ਸੀ ਉਸਨੂੰ ਉਹਦਾ ਕੋਈ ਗਿਆਨੀ ਸੀ ਪ੍ਰੇਮ ਕਰਦਾ ਸੰਤਾਂ ਨਾਲ, ਉਹਨੇ ਆਪਣਾ ਲੜਕਾ ਭੇਜਿਆ ਸੀ ਉਹਨੂੰ ਵੀ ਸੇਵਾ ਕਰੇਗਾ ਜੀ, ਤੇਰੀ ਬੁੱਧੀ ਸਾਫ਼ ਹੋਏਗੀ, ਠੀਕ ਹੋਏਗੀ। ਤਾਂ ਮੁੰਡੇ ਨੇ ਖੁਸ਼ ਵੀ ਨਹੀਂ ਸੀ, ਉਹਨੇ ਕਾਲਰਾਂ ਵਾਲੀ ਕਮੀਜ਼ ਪਾਈ ਹੋਈ ਸੀ, ਕਾਲਰਾਂ ਵਾਲੀ ਕਮੀਜ਼ ਮੈਂ ਜਦੋਂ ਮੈਂ ਵੀ ਕਾਲਰਾਂ ਵਾਲੀ ਕਮੀਜ਼ ਪਾਈ ਹੋਈ ਸੀ, ਮੈਂ ਪਰਪਰਾਂ ਖੜਾ ਸੀ, ਤਾਂ ਜਦੋਂ ਹੱਥ ਧੋਣ ਲੱਗਾ ਉਹ ਤਾਂ ਸੰਤਾਂ ਨੇ ਦੇਖਿਆ ਕਾਲਰਾਂ, ਤਾਂ ਕਾਲਰ ਫੜ ਕੇ ਸੰਤਾਂ ਦਾ ਪੰਜ ਪੇੜਾ ਮਾਰੀ, ਤੁਹਾਨੂੰ ਸ਼ਕੀਨ ਨਹੀਂ ਕਰਨਾ। ਉਹਨੂੰ ਤਾਂ ਪਤਾ ਨਹੀਂ ਅਸਰ ਹੋਇਆ, ਮੈਂ ਉੱਥੋਂ ਨੱਠ ਗਿਆ, ਨੱਠ ਕੇ ਜਾ ਕੇ ਪਹਿਲੇ ਮੈਂ ਕਿਹਾ ਵੀ ਸੰਤਾਂ ਨੂੰ ਕਾਲਰ ਨਹੀਂ ਪਸੰਦ, ਅਤੇ ਮੈਂ ਫਿਰ ਸਾਰੀਆਂ ਕਮੀਜ਼ਾਂ ਦੇ ਕੈਂਚੀ ਨਾਲ ਕਾਲਰ ਕੱਟ ਦਿੱਤਾ। ਮੈਂ ਕਿਹਾ ਸੰਤਾਂ ਦੀ ਖੁਸ਼ੀ ਲੈਣੀ, ਕਾਲਰਾਂ ਦੀ ਖੁਸ਼ੀ ਥੋੜ੍ਹੀ ਲੈਣੀ ਹੈ। ਗੁਰਮੁਖੋ ਸਿੰਪਲ ਲਿਵਿੰਗ ਹਾਈ ਥਿੰਕਿੰਗ ਦੀ ਬਹੁਤ ਵੱਡੀ ਥਿਊਰੀ ਹੈ,
ਜੇ ਕੋਈ ਬਚਨ ਕਵਾਵੇ ਸੰਤਨ ਕਾ ਸੋ ਗੁਰਪ੍ਰਸ਼ਾਦੀ ਧਰੀਏ। ਇਹ ਮਹਾਰਾਜ ਨੇ ਸਾਰਿਆਂ ਦੱਸਿਆ। ਅਸੀਂ ਇਹਨਾਂ ਵੱਲ ਨਾ ਦੇਖੀਏ, ਗੁਰੂ ਗੋਬਿੰਦ ਸਿੰਘ ਜੀ ਵੱਲ ਨਾ ਦੇਖੀਏ। ਉਹ ਤਾਂ ਰੱਬ ਆ ਸੀ, ਜੋ ਮਰਜ਼ੀ ਕਰਨ, ਜਿਸਾ ਮਰਜ਼ੀ ਕਲਗੀਆਂ ਸਿਆ, ਜੋ ਮਰਜ਼ੀ ਕਰਨ। ਅਸੀਂ ਆਪਣੇ ਹੱਥ ਦੇਖਣਾ ਕਿ ਸਿੱਖ ਕਿਸ ਤਰ੍ਹਾਂ, ਸਿੱਖ ਹੁੰਦਾ ਗੁਰੂ ਦੀ ਸਿੱਖਿਆ ਲੈਂਦਾ, ਜਿਹਦੇ 'ਚ ਨਿਮਰਤਾ ਆਏ, ਨਿਮਰਤਾ ਆਏ ਤਾਂ ਸਿੱਖਿਆ ਹੋਏਗੀ ਨਾ। ਇਹ ਹਮੇ ਹੋ ਗਈ ਤਾਂ ਸਿੱਖਿਆ ਨਹੀਂ ਮਿਲੇਗੀ। ਧੰਨ ਗੁਰੂ ਨਾਨਕ, ਗੁਰੂ ਨਾਨਕ ਕਹਿੰਦੇ ਸਾਦੇ ਚਰਨ ਕੱਪੜੇ 'ਚ ਆਪਣਾ ਫਰਾਂਸ ਤੋਂ ਲੈ ਕੇ ਲਾਸਾ 90,000 ਕਿਲੋਮੀਟਰ ਆਪਣੀ ਜ਼ਿੰਦਗੀ ਚੱਲਿਆ, ਤਿੱਬਤ ਤੋਂ ਲੈ ਕੇ ਸਿਰੂਨ ਤੱਕ। ਇਸ ਕਰਕੇ ਇਹ ਬੜੀ ਵੱਡੀ ਗੱਲ ਹੈ, ਕੱਪੜਿਆਂ ਦਾ ਅਸਰ ਮਨ 'ਤੇ ਹੁੰਦਾ ਸ਼ੁਰੂ 'ਚ। ਜਦੋਂ ਆਦਮੀ ਚੰਗਾ ਹੋ ਜਾਏ, ਆਤਮਦਰਸ਼ੀ ਹੋ ਜਾਏ, ਉਹਨੂੰ ਭਾਵੇਂ ਤੁਸੀਂ ਜੋ ਮਰਜ਼ੀ ਰੇਸ਼ਮੀ ਕੱਪੜੇ ਪਾਓ, ਜੋ ਮਰਜ਼ੀ ਕਰੋ। ਹੁਣ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ, ਕਲਗੀ ਵੀ ਲੈਂਦੇ, ਸਭ ਕੁਝ ਕਰਦੇ ਸੀ, ਕਿਉਂਕਿ ਰੱਬ ਆਇਆ ਸੀ, ਉਹਨਾਂ ਨੂੰ ਕੋਈ ਅਸਰ ਨਹੀਂ। ਉਹ ਤਾਂ ਕਹਿੰਦਾ ਪਾ ਵਿਆ, ਹੁਣ ਮਾਛੇ ਬੜੇ ਜੰਗਲਾਂ 'ਚੋਂ ਨਿਕਲੇ ਨੇ, ਜਾਂ ਦੂਸਰੇ ਤੁਹਾਨੂੰ ਕਲਗੀਆਂ ਥੋੜ੍ਹੀਆਂ ਲਾ ਕੇ ਨਿਕਲੇ ਨੇ। ਹੁਣ ਸਾਦੇ ਕੱਪੜੇ ਸਾਦੇ ਸਹੀ, ਉੱਚਦਾ ਫਕੀਰ ਬਣ ਕੇ ਨਿਕਲੇ ਨੇ। ਉੱਚਦਾ ਫਕੀਰ ਵੀ ਜੀ, ਫਿਰ ਉਹ ਕਿਨੂੰ ਕਹਿੰਦੇ ਨੇ, ਉਹ ਮਗਨਿਕਾ ਨਵੀਂਗਾ, ਹੋਰਨਾਂ ਨੇ ਭਲਨ ਚੁੱਕਿਆ ਅਤੇ ਆਪਣ ਲੱਗੀਆਂ ਫੌਜਾਂ ਔਰੰਗਜ਼ੇਬ ਦੀਆਂ, ਨਾਕੇ ਲਾ ਕੇ ਗੁਰੂ ਕਿੱਥੋਂ ਪੜਨਾ ਦੂੜ ਨੂੰ। ਜੇ ਹੁਣ ਜਾ ਰਹੇ ਸੀ ਤਾਂ ਕਹਿੰਦੇ ਇਹ ਉੱਚਦਾ ਪੀਰ ਆ ਜੀ, ਅਤੇ ਉਹਨਾਂ ਨੇ ਕਿਹਾ ਵੀ ਉੱਚਦਾ ਪੀਰ ਹੈ, ਪਤਾ ਤਾਂ ਕਰੀਏ ਵੀ ਹੈ ਵੀ ਉੱਥੇ ਲਾਗੇ ਕਿ ਫਕੀਰ ਹੁੰਦਾ ਸੀ ਬੜਾ ਵੱਡਾ, ਜਿਹਨੂੰ ਮੁਸਲਮਾਨ ਬਹੁਤ ਮੰਨਦੇ ਹੁੰਦੇ ਸੀ, ਪਰਮਾਤਮਾ ਲਾਣ ਲੈਣ ਵਾਲਾ। ਉਹ ਗੁਰੂ ਗੋਬਿੰਦ ਸਿੰਘ ਜਾਣਦੇ ਮਿਲਦਾ ਹੁੰਦਾ ਸੀ ਮਹਾਰਾਜ ਕੋਲੋਂ, ਪਰਮਾਤਮਾ ਦੀ ਅੱਲਾਹ ਤਾਲਾ ਦੀ ਸੁਣ ਕੇ ਨਾ ਆਪਾਂ ਸਿਫ ਸਲਾਹ, ਅਤੇ ਆਪਣੇ ਅੰਦਰ ਵਸਾਉਂਦਾ ਹੁੰਦਾ ਸੀ। ਉਹਨਾਂ ਨੇ ਕਿਹਾ ਕਿ ਉਹ ਫਕੀਰ ਸਾਡਾ ਜਿਹੜਾ ਨਾ ਬਹੁਤ ਵੱਡਾ ਮੰਨਣਾ, ਜਿਹਨੂੰ ਉਹ ਆ ਕੇ ਦੇਖੇ ਕਿ ਬਾਕੀ ਉੱਚਦਾ ਪੀਰ ਆ ਗੁਰੂ ਗੋਬਿੰਦ ਸਿੰਘ ਹੈ। ਤਾਂ ਪੀਰ ਨੇ ਆ ਕੇ ਝੂਠ ਨਹੀਂ ਬੋਲਿਆ, ਉਹ ਕਹਿੰਦਾ ਉੱਚ ਤੋਂ ਵੀ ਉੱਚਦਾ ਵੱਡਾ ਫਕੀਰ ਹੈ। ਜਿਹੜੇ ਇਹ ਕਹਿੰਦੇ ਫੌਜਾਂ ਨੇ ਅੱਗੇ ਭੇਜਤਾ, ਉਸ ਫਕੀਰ ਨੇ ਵੀ ਝੂਠ ਨਹੀਂ ਬੋਲਿਆ, ਇਹ ਉੱਚਦਾ ਫਕੀਰ, ਉੱਚ ਤੋਂ ਵੀ ਵੱਡਾ ਵੱਡਾ ਫਕੀਰ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਥੋੜ੍ਹੇ ਸੀ, ਗੁਰੂ ਗੋਬਿੰਦ ਸਿੰਘ ਗੁਰੂ ਸਿੰਘ ਤਾਂ ਪਰਮਾਤਮਾ ਦਾ ਰੂਪ ਸੀ, ਉਹ ਤੋਂ ਵੱਡਾ ਫਕੀਰ। ਉਹ ਕਹਿੰਦਾ ਭਾਵ ਹੈ ਵੀ ਇਹ ਕੱਪੜਿਆਂ ਦਾ ਅਸਰ ਜਿਹੜਾ ਆ ਮਨ 'ਤੇ ਜ਼ਰੂਰ ਹੁੰਦਾ, ਮਨ 'ਤੇ ਸਿਰ ਸਾਧਾ ਤਾਂ ਜਾਓ, ਪਹਿਲੇ ਸ਼ੁਰੂ ਸਾਧਾ ਰਹੋ, ਫਿਰ ਤੁਸੀਂ ਅਗਰ ਆ ਬ੍ਰਹਮ ਗਿਆਨੀ ਬਣ ਜਾਂਦੇ ਤਾਂ ਭਾਵੇਂ ਤੁਹਾਡੇ ਰੇਸ਼ੀ ਪਕਾ ਦਿਓ ਅਤੇ ਭਾਵੇਂ ਗੁੱਦੜ ਪਾ ਦਿਓ, ਉਹ ਇੱਕ ਬਰਾਬਰ ਹੈ, ਉਹਨੂੰ ਅਸਰ ਨਹੀਂ ਹੁੰਦਾ ਮਨ 'ਤੇ। ਮਨ ਪਹਿਲੇ ਪੱਕਾ ਕਰੋ, ਫਿਰ ਤੁਸੀਂ ਜੋ ਮਰਜ਼ੀ ਪਵੋ।